ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਦੁਆਬਾ ਗਰੁੱਪ ਆਫ ਕਾਲਜਿਸ ਜਿਹੜਾ ਕਿ ਨਵਾਂਸ਼ਹਿਰ ਦੇ ਵਿੱਚ ਪੈਂਦਾ ਹੈ। ਉਹ ਮੁੰਡੇ ਮਧਰੇ ਤੇ ਕੁੜੀਆਂ ਨੇ ਲੰਮੀਆਂ। ਅੱਗੇ ਸੁਣਿਓ ਮੁੰਡੇ ਮਧਰੇ ਤੇ ਕੁੜੀਆਂ ਨੇ ਲੰਮੀਆਂ, ਮੁੰਡੇ ਸਿਆਣੇ ਤੇ ਕੁੜੀਆਂ ਨਹੀਂ, ਸਾਰੇ ਬਰਾਬਰ ਦੇ ਤੇ ਬਹੁਤ ਸਾਰਾ ਤੁਹਾਡਾ ਥੈਂਕ ਯੂ, ਬਹੁਤ ਸਾਰਾ ਤੁਹਾਡਾ ਪਿਆਰ, ਤੇ ਆਪਾਂ ਕਰਦਾ ਗੱਲਬਾਤ, ਕੋਈ ਨੀ, ਤੁਸੀਂ ਆਓ ਜੀ, ਲੈ ਲੈ ਇੱਥੇ ਆ। ਅੱਛਾ, ਜਦੋਂ ਕੁੜੀ ਨੂੰ ਬੁਲਾਉਣਾ ਇਹਨਾਂ ਨੂੰ ਪਤਾ ਲੱਗਦਾ ਵੀ ਜਾਣਾ ਕਿੱਥੇ, ਉਹ ਹੀ ਹੋ ਜਾਂਦੇ ਆ। ਕੈਮਰਾ ਰਾਜੇ, ਉਹ ਦੇਖੋ, ਤੈਨੂੰ ਵੀ ਦੱਸਿਆ ਹੀ ਜਾਂਦਾ ਕਿੱਦਾਂ ਕਰਨਾ, ਪਤਾ ਤੈਨੂੰ ਵੀ ਨਹੀਂ ਲੱਗਦਾ। ਪਰ ਬਹੁਤ ਵਧੀਆ ਆਦਰ ਜਵਾਬ ਵੀ, ਇੱਦਾਂ ਦੀਆਂ ਕੁੜੀਆਂ ਹਰੇਕ ਸੱਸ ਨੂੰ ਮਿਲੇ। ਕੀ ਨਾਮ ਤੁਹਾਡਾ? ਵਿਨੇ ਠਾਕੁਰ। ਵਿਨੇ ਠਾਕੁਰ, ਠਾਕੁਰ ਜੀ, ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਜੀ? BBA। BBA ਕੋਰਸ ਤਾਂ ਜੁਆਇਨ ਕੀਤਾ ਨੇ, BBA, ਪਰ ਇਹ BB ਨਹੀਂ ਹੈ, ਇਹ ਬਹੁਤ ਤੇਜ਼ ਹੈ। ਪਰ ਐਂ ਵੀ ਅੱਜ ਕੱਲ੍ਹ ਦੇਖੋ ਕੁੜੀਆਂ ਨੂੰ ਐਂ ਜਿਹੜੀਆਂ ਬੋਲਦੀਆਂ ਹੁੰਦੀਆਂ ਅੱਗੋਂ ਵਧੀਆ ਰਹਿੰਦੀਆਂ, ਮੁੰਡਿਆਂ ਦੇ ਬਰਾਬਰ ਚੱਲਿਆ ਕਰੋ। ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਜੀ ਮੈਨੂੰ, ਅਤੇ ਪਹਿਲੀ ਟੱਕਰੀ, ਪਹਿਲੀ ਬਹੁਤ ਤੇਜ਼ ਟੱਕਰੀ। ਸ਼ਰੀਫ ਜਿਹਾ ਮੁੰਡਾ ਜੀ, ਵਿੱਚ ਕਹਿੰਦਾ ਮੈਂ ਕੁੜੀਆਂ ਸੋਹਣੀਆਂ, ਵਿੱਚ ਕਹਿੰਦਾ ਮੈਂ ਸ਼ਰੀਫ। ਆਪ ਪ੍ਰਪੋਜ਼ ਕਰ ਲੈਣਾ ਫਿਰ, ਆ ਪੁੱਛਣ ਮੈਨੂੰ। ਅੱਛਾ, ਆ ਪੁੱਛਣ ਕਹਿੰਦਾ ਮੈਨੂੰ, ਆ ਪੁੱਛਣ ਮੈਨੂੰ, ਬਹੁਤ ਕਿਤੇ ਓਬਾਮਾ ਦਾ ਭਾਣਜਾ ਨਾ ਇਹ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਹਰਪ੍ਰੀਤ ਕੌਰ। ਹਰਪ੍ਰੀਤ ਕੌਰ, ਹਾਂਜੀ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਦਰੀਆਪੁਰ, ਕਿਰਪਾਲ ਸਾਗਰ ਅਕੈਡਮੀ। ਅੱਛਾ ਜੀ, ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ ਦੇ ਵਿੱਚ ਮੰਮੀ ਆ, ਪਾਪਾ ਨਹੀਂ ਆ, ਬ੍ਰਦਰ ਆ, ਭਰਜਾਈ ਆ, ਐਂਡ ਇੱਕ ਹੋਰ ਛੋਟਾ ਬ੍ਰਦਰ, ਇੱਕ ਭਤੀਜਾ, ਇੱਕ ਭਾਣਜੀ ਵੀ ਆ। ਓਕੇ ਜੀ, ਓਕੇ। ਅੱਛਾ, ਭਰਜਾਈ ਵਧੀਆ ਜੀ? ਹਾਂਜੀ, ਭਰਜਾਈ ਬਿਲਕੁਲ, ਗੋਡੇ ਮੇਰੀ ਬਿਲਕੁਲ ਐਨ, ਮੇਰੀ ਬਿਲਕੁਲ ਐਨ, ਕਹਿੰਦਾ ਮੇਰੀ ਬਿਲਕੁਲ ਐਨ, ਮਤਲਬ ਹਾਂ ਭਰਜਾਈ ਗੋਡਾ। ਕਿੰਨੇ ਦਿਨ ਪਹਿਲਾਂ ਹੋਇਆ ਸੀ ਵਿਆਹ ਜੀ ਵੀਰੇ ਦਾ? 10 ਤਰੀਕ ਦਾ ਹੋਇਆ ਪਿੱਛੇ, ਹਲੇ ਹੁਣੇ ਹੁਣ ਤਾਂ ਫਿਰ ਵਧੀਆ ਹੋ ਗਈ ਜੀ। ਹਾਂਜੀ ਹਾਂਜੀ, ਵਧੀਆ ਹੀ ਆ, ਅੱਗੇ 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 ਸਾਹਿਬ ਫੇਰ ਪੁੱਛੂਗਾ ਜੀ ਆ ਕੇ। ਕੋਈ ਗੱਲ ਨਹੀਂ, ਜ਼ਰੂਰ, ਜਦੋਂ ਮਰਜ਼ੀ। ਤੇ ਕੀ ਸ਼ੌਂਕ ਨੇ ਜੀ? ਸ਼ੌਂਕ ਗਿੱਧਾ ਪਾਉਣਾ, ਬੋਲੀਆਂ ਪਾਉਣੀਆਂ, ਆਪਣਾ ਇਹੀ ਸ਼ੌਂਕ ਆ। ਬੋਲੀਆਂ ਸੁਣਾਓ ਜੀ। ਖੱਟਣ ਗਿਆ ਨੇ ਕੀ ਖੱਟ ਲਿਆਂਦਾ, ਖੱਟਣ ਗਿਆ ਨੇ ਕੀ ਖੱਟ ਲਿਆਂਦਾ, ਖੱਟ ਕੇ ਲਿਆਂਦਾ ਇੱਟ ਕੁੱਟਣਾ, ਲਾਉਣਾ ਵਾਰੀ ਦਾ ਵੱਟਾ ਨੀ ਰਵਨੀਤ ਕੁੱਟਣਾ, ਲਾਉਣਾ ਲਓ ਵੀ। ਪਹਿਲੀ ਵੀ ਬਹੁਤ ਤੇਜ਼ ਸੀ, ਦੂਜੀ ਕਹਿੰਦੀ ਹੈ ਰਵਨੀਤ ਕੁੱਟਣਾ, ਮੈਨੂੰ ਲੱਗਦਾ ਤੀਜੀ ਦਾ ਛਿੱਤਰ ਲੈ ਕੇ ਆਊ। ਇਹ ਪਹਿਲੀਆਂ ਹੀ ਸਿੱਖੀਆਂ ਹੋਈਆਂ, ਪਹਿਲੀ ਪ੍ਰਿਪੇਅਰ ਕਰਕੇ ਆਈ ਹੈ ਵੀ ਆਉਣ ਦੇ ਉਹਨੂੰ। ਸਹੀ ਵੀ ਕੁੱਟਾਂਗੇ, ਚਲੋ ਬਹੁਤ ਬਹੁਤ ਪਿਆਰ ਹੀ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਮੇਰਾ ਨਾਮ ਸੁਖਵਿੰਦਰ ਹੈ ਜੀ। ਸੁਖਵਿੰਦਰ, ਤੇ ਕਿਹੜਾ ਕੋਰਸ ਕੀਤਾ ਜੁਆਇਨ? ਮੈਂ ਇਲੈਕਟ੍ਰੀਕਲ ਕੀਤਾ ਭਾਜੀ। ਇੰਜੀਨੀਅਰਿੰਗ? ਫਾਦਰ ਸਾਹਿਬ ਕੀ ਕਰਦੇ? ਮੇਰੇ ਫਾਦਰ ਸਾਹਿਬ ਕੁੱਕ ਆ। ਅੱਛਾ ਜੀ, ਹਲਵਾਈ ਆ ਜੀ। ਅੱਛਾ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ 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 ਡਿਸ਼ਿਜ਼ ਬਣਾਉਂਦੇ ਹੋਣੇ? ਹਾਂਜੀ, ਬਹੁਤ ਸੋਹਣੀਆਂ ਡਿਸ਼ਿਜ਼ ਬਣਾਉਂਦੇ ਆ ਜੀ। ਸੋਹਣੀਆਂ ਨਹੀਂ ਹੁੰਦੀਆਂ, ਬਸ ਸਵਾਦ ਹੁੰਦੀਆਂ ਭਾਈ, ਦੇਖਣ ਨੂੰ ਸੋਹਣੀ ਲੱਗੂ। ਅੱਛਾ, ਤਾਂ ਹੀ ਸਵਾਦ ਹੁੰਦਾ। ਪਹਿਲਾਂ ਜੇ ਪਹਿਲਾਂ ਦੇਖਣ ਨੂੰ ਸੋਹਣੀ ਹੋਗੀ ਤਾਂ ਹੀ ਖਾਣਾ, ਤਾਂ ਹੀ ਸਵਾਦ ਹੋਊਗਾ। ਅੱਖਾਂ ਨੇ ਨਹੀਂ ਖਾਧਾ ਤੇ ਮੂੰਹ ਨੇ ਕੀ ਖਾਣਾ? ਇਹ ਤਾਂ ਮੁਹਾਵਰਾ। ਤੇ ਕੀ ਸ਼ੌਂਕ ਨੇ ਤੁਹਾਡੇ? ਮੈਂ ਮਿਮਿਕਰੀ ਸੁਣਾਉਣਾ ਚਾਹੁੰਦਾ ਤੁਹਾਨੂੰ, ਜੀਤ ਪੈਂਚਰਾਂ ਦੀ। ਮਿਮਿਕਰੀ? ਹਾਂ, ਮਿਮਿਕਰੀ, ਮਿਮਿਕਰੀ, ਮਿਮਿਕਰੀ। ਓ ਸਤਿ ਸ਼੍ਰੀ ਅਕਾਲ ਦੇਬੋ, ਓ ਕੀ ਲੈਣਾ ਤੂੰ ਮੈਨੂੰ ਵੀ ਦੱਸ ਦੇ। ਤੇ ਜੀਤ, ਪਰਸੋਂ ਆਇਆ ਸੀ, ਤੂੰ ਤਾਂ ਮੱਝ ਕਾਣੀ ਦੇ ਗਿਆ। ਉਹ ਮੱਝ ਤਾਂ ਕਾਣੀ ਤੈਨੂੰ ਦੇਤੀ, ਤੂੰ ਮੱਝ ਦਾ ਦੁੱਧ ਚੋਣਾ, ਕੱਖ ਮਤੱਕਾ ਕਰਨਾ ਉਹਨਾਂ। ਥੈਂਕ ਯੂ, ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਕਲਾਸ ਦੇ ਵਿੱਚ ਕਿੰਨੇ ਮੁੰਡੇ ਕਿੰਨੇ ਕੁੜੀਆਂ ਜੀ? ਕੁੜੀਆਂ ਤਾਂ ਹੈ ਨਹੀਂ ਜੀ, ਆਪਣਾ ਕਰੰਟ ਮਹਿਕਮਾ ਹੈ ਜੀ ਸਾਰਾ। ਅੱਛਾ, ਮੁੰਡੇ ਆ ਜੀ ਸਾਰੇ। ਅੱਛਾ, ਤਾਂ ਹੀ ਇੱਧਰ ਇਕੱਠੇ ਜੋ ਵੀ ਖੜੇ।
ਠੀਕ ਹੈ ਅੱਛਾ ਵੈਸੇ ਕਾਲਜ ਵਿੱਚ ਦਸ ਕੁੜੀਆਂ ਜਦੋਂ ਤਿੰਨ ਚਾਰ ਜਣੀਆਂ ਇਕੱਠੀਆਂ ਹੁੰਦੀਆਂ ਗੱਲਾਂ ਇਹਨਾਂ 'ਚ ਕੀ ਹੁੰਦੀਆਂ ਜਾਂ ਟੌਪਿਕ ਅੱਜ ਕੱਲ੍ਹ ਕੀ ਛੇੜੇ ਹੋਏ ਆ ਇੱਕੋ ਟੌਪਿਕ ਚੱਲਦਾ ਹੁੰਦਾ ਤੇਰੀ ਕਹਿੰਦਾ ਗੱਲਬਾਤ ਆ ਆਹ ਕੌਣ ਜਾਂਦਾ ਹੈ ਇਹ ਬਾਂਦਰ ਜਿਹਾ ਦਾ ਮੂੰਹ ਦੇਖ ਕਿੱਦਾਂ ਦਾ ਲੈ ਤਾ ਤੂੰ ਮੈਨੂੰ ਛੇੜਦਾ ਕਿੱਦਾਂ ਆ ਅੱਛਾ ਆਪਸ ਵਿੱਚ ਗੱਲਾਂ ਕਰਦੇ ਵੀ ਬਾਂਦਰ ਜਿਹੜਾ ਮੂੰਹ ਕਿੱਦਾਂ ਅੱਛਾ 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 ਹਾਂ ਦੇ ਤਾਂ ਤਿੰਨਾਂ 'ਚੋਂ ਨਾ 13 'ਚ ਦਾਦੇ ਮੰਗਾਉਣਾ ਕਾਲੂ ਜਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮਨਦੀਪ ਕੌਰ ਅੱਛਾ ਮਨਦੀਪ ਇੱਦਾਂ ਹੈ ਹਾਂਜੀ ਬਈ ਤੁਹਾਡਾ ਕਿਹੜਾ ਡਿਪਾਰਟਮੈਂਟ ਹੈ ਸਿਵਲ ਸਿਵਲ ਹਾਂਜੀ ਮੈਂ ਵੀ ਤੁਹਾਡੇ ਨਾਲ ਹੀ ਮਤਲਬ ਕਿ ਤੁਹਾਡੀ ਬੈਸਟ ਫਰੈਂਡ ਆ ਇਸ ਦੇ ਵਿੱਚ ਕਾਲਜ 'ਚ ਕੁੜੀਆਂ ਠੀਕ ਹੈ ਜੀ ਮੇਰਾ ਨਾਮ ਰਵਨੀਤ ਕੌਰ ਤੁਹਾਡਾ ਨਾਮ ਮਨਦੀਪ ਕੌਰ ਹੁਣ ਸਾਡੇ ਮੂਹਰੇ ਚਾਰ ਮੁੰਡੇ ਖੜੇ ਆ ਅਸੀਂ ਉਹਨਾਂ ਬਾਰੇ ਗੱਲ ਕਰਨੀ ਹੈ ਵੀ ਹਨਾ ਕਿੱਦਾਂ ਦੇ ਹਨਾ ਚਾਰ ਮੁੰਡੇ ਮੈਂ ਕੱਢਦੀ ਹਾਂ ਠੀਕ ਹੈ ਹੌਸਲਾ ਦੇ ਕਿਤੇ ਚਾਰੇ ਮੈਨੂੰ ਕੱਢ ਕੇ ਲੈ ਜਾਣ ਐਂ ਕਰ ਬੇ ਇੱਕ ਤਾਂ ਤੁਸੀਂ ਆ ਜਾਓ ਆ ਜਾ ਭੈਣੇ ਦੇਖ ਲਿਆ ਪਰਸੋਂ ਸਾਡੇ ਵੱਲ ਦੇਖਦੇ ਖਾਸਦਾ ਸੀ ਹੁਣ ਨਿਕਲਦਾ ਨਹੀਂ ਪਿਆ ਭੈਣੇ ਕਿਹੜਾ ਕੱਢੀਏ ਪੀਨੂ ਪੀਨੂ ਕੱਢ ਬਈ ਇਹ ਤਾਂ ਸਮਾਰਟ ਜਿਹਾ ਕੱਢ ਲਿਆ ਸਮਾਰਟ ਜਿਹਾ ਦਿੱਤਾ ਹੀ ਸਮਾਰਟ ਹੈ ਹੋਰ ਕਿਹੜਾ ਕੱਢੀਏ ਇੱਕ ਪੀਨੂ ਇੱਕ ਨਾਲ ਦਾ ਚੀਨੂ ਹੋ ਗਿਆ ਇੱਕ ਕੋਈ ਸੰਤਰਾ ਕੋਈ ਕੀਨੂ ਇੱਕ ਤੂੰ ਆ ਜਾ ਜਿਹੜਾ ਵਿੱਚੋਂ ਦੇਖੀ ਜਾਂਦਾ ਮੇਰੇ ਵੱਲ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਵੱਲ ਦੇਖੀ ਜਾਂਦਾ ਕੁੜੀਆਂ ਵੱਲ ਦੇਖੀ ਖੜ ਇੱਥੇ ਇੱਕ ਤੂੰ ਆ ਜਾ ਨਜ਼ਰ ਪੱਟੂ ਜਿਹਾ ਆ ਜਾ ਇੱਥੇ ਖੜ ਭੈਣੇ ਹਾਂਜੀ ਕਿਹਦੇ ਬਾਰੇ ਪਹਿਲਾਂ ਗੱਲ ਕਰੀਏ ਪੀਨੂ ਬਾਰੇ ਤੈਨੂੰ ਬਹੁਤ ਪਸੰਦ ਹੈ ਪੀਨੂ ਕਹਾਂ ਫਿਰ ਤੋਂ ਤੁਹਾਡੀ ਬਰਾਤ ਬਹੁਤ ਦੂਰ ਸੇ ਆਏਗੀ ਹਨਾ ਜੇ ਤੇਰੇ ਪਿੰਡ ਇਸ ਕੋ ਵਿਆਹ ਨਹੀਂ ਤੇਰੇ ਸਾਥ ਕੀ ਨਾਂ ਜੀ ਵੀਰੇ ਅਮਿਤ ਅਨਵਰ ਅਮਿਤ ਅਨਵਰ ਕੀ ਸ਼ੌਂਕ ਨੇ ਜੀ ਸ਼ੌਂਕ ਗਾਇਕੀ ਦਾ ਭਾਜੀ ਗਾਇਕੀ ਦਾ ਸੁਣਾਓ ਜੀ ਫਿਰ ਉਹ ਭਾਵੇਂ ਮੇਰਾ ਬਾਪੂ ਕਰ ਲੈ ਬਲੈਕ ਨਹੀਂ ਤਾਂ ਵੀ ਤੇਰੇ ਸ਼ਹਿਰ ਲੈਣਾ ਮੈਂ ਫਲੈਟ ਨਹੀਂ ਭਾਵੇਂ ਮੇਰਾ ਬਾਪੂ ਕਰ ਲੈ ਬਲੈਕ ਨਹੀਂ ਤਾਂ ਵੀ ਚੰਡੀਗੜ੍ਹ ਲੈਣਾ ਮੈਂ ਫਲੈਟ ਨਹੀਂ ਭਾਈਚਾਰੇ ਨਾਲ ਪਿੰਡ ਵਸੀ ਜਾਂਦੇ ਹਾਂ ਪਲਾਟੇ ਉਂਝ ਸ਼ਹਿਰ ਵੀ ਬੜੇ ਉਹ ਯਾਰੀ ਪੱਕੀਆਂ ਮੁਹੱਬਤਾਂ ਦੀ ਹੋਵੇ ਤਾਂ ਯਾਰਾ ਹੱਥ ਹੁੰਦੇ ਨਹੀਂ ਖੜੇ ਉਹ ਯਾਰੀ ਪੱਕੀਆਂ ਮੁਹੱਬਤਾਂ ਦੀ ਹੋਵੇ ਤਾਂ ਯਾਰਾ ਹੱਥ ਹੁੰਦੇ ਨਹੀਂ ਖੜੇ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਦੁਆਬਾ ਗਰੁੱਪ ਆਫ ਕਾਲਜ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਪੈਂਦਾ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਸਵਾਦ ਆ ਰਿਹਾ ਆ ਜਾ ਵੀਰੇ ਕੀ ਨਾਂ ਹੈ ਮੁੰਨਾ ਮੁੰਨਾ ਹਾਂਜੀ ਲੱਭੀ ਮੁੰਨੀ ਕਿ ਨਹੀਂ ਅਜੇ ਜਿਹੜਾ ਗਾਣਾ ਗਾਉਂਦੇ ਵੀ ਮੁੰਨੀ ਬਦਨਾਮ ਹੋਈ ਕਿਤੇ ਤੇਰੇ ਨਾਲ ਦੀ ਤਾਂ ਨਹੀਂ ਉਹ ਹਾਂਜੀ ਹਾਂਜੀ ਹੈਂ ਕਹਾਂ ਸੇ ਹੋ ਝਾਰਖੰਡ ਪੰਜਾਬੀ ਸਮਝ ਆਤੀ ਹੈ ਨਹੀਂ ਆਤੀ ਥੋੜ੍ਹੀ ਥੋੜ੍ਹੀ ਆਤੀ ਅੱਛਾ ਗਾਣਾ ਆਉਂਦਾ ਕੋਈ ਗਾਣਾ ਉੱਧਰ ਦਾ ਝਾਰਖੰਡ ਦਾ ਗਾਣਾ ਆਤਾ ਕੋਈ ਅੱਛਾ ਚਲੋ ਜੀ ਚਲੋ ਅੱਛਾ ਬੜਾ ਕਿਰਨ ਚੋਪੜਾ ਮੋਟੋ ਕਿਰਨ ਜੋਤ ਕੌਰ
ਤੇ ਕੀ ਸ਼ੌਂਕ ਨੇ ਜੀ? ਸ਼ੌਂਕ ਬਥੇਰੇ ਹੀ ਆ। ਗਾਉਣ ਦਾ? ਹਾਂ, ਬੋਲੀਆਂ ਪਾਉਣ ਦਾ। ਹਾਂ ਹਾਂ ਜੀ, ਕਿਆ ਕਰੋ, ਉਹਨੂੰ ਪਤਾ ਨੀ ਬਾਹਰੋਂ ਬੰਦਾ ਆ। ਹਾਂ, ਇੱਕ ਉਹ ਆਈ ਸੀ, ਉਹ ਤੂੰ ਤੜੱਕਾ ਕਰੀ ਚੱਲੇ। ਚਲੋ ਬਹੁਤ ਵਧੀਆ, ਜਿੱਦਾਂ ਦਾ ਬੰਦਾ ਆਉਂਦਾ ਉਦਾਂ ਬੁਲਾਈਦਾ। ਕਿਸ ਦੇ ਰਿਸਪੈਕਟ ਆਇਆ ਤਾਂ ਅਸੀਂ ਛਿੱਤਰ ਹੱਥ ਹੀ ਰੱਖ ਲਿਆ। ਪਰ ਇਹ ਵੀ ਜਿੱਦਾਂ ਦਾ ਬੰਦਾ ਮੂਹਰੋਂ ਆਉਂਦਾ ਹੈ ਉਵੇਂ ਉਵੇਂ ਹੀ ਗੱਲ ਕਰੀ ਦੀ ਹੈ। ਐਟੀਟਿਊਡ ਹੈ, ਅੰਗਰੇਜ਼ੀ ਆਈ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ, ਸ਼ੋਅ ਤੁਹਾਡੇ ਕਰਕੇ ਚੱਲੀ ਜਾਂਦਾ। ਮੈਨੂੰ ਤੁਸੀਂ ਪੁੱਛਦੇ ਹੋ ਤੁਹਾਡੇ ਕਰਕੇ, ਸਾਰਿਆਂ ਦੇ ਕਰਕੇ, ਤੇ ਕੀ ਸੁਣਾਓਗੇ ਫਿਰ? ਗਾਣਾ ਬੋਲੀਆਂ ਵਾਲੀ? ਹਾਂ, ਬੋਲੀਆਂ, ਬੋਲੀ ਪਾਓ। ਕਿਸੇ ਦਾ ਮਾਇਆ ਟਿੱਪੀ ਲੱਗਿਆ, ਕਿਸੇ ਦਾ ਖੜੇ ਦਾ, ਮੇਰੇ ਮਾਇਏ ਦੀ ਪੱਕੀ ਨੌਕਰੀ ਫਿਰਦਾ ਗਲੀ ਬਜ਼ਾਰ, ਸ਼ਾਨ ਪੂਰਾ ਵੇਚਦਾ ਨਿਸ਼ਾਨ ਪੂਰਾ ਵੇਚਦਾ ਸ਼ਾਨ ਪੂਰਾ ਵੇਚਦਾ ਨਿਸ਼ਾਨ। ਭਾਈ ਵੇ ਟਰੱਕ ਵਾਲਿਆ, ਓ ਭਾਈ ਵੇ ਟਰੱਕ ਵਾਲਿਆ, ਤੇਰੇ ਵਰਗਾ ਪ੍ਰਾਣਾ ਮੇਰਾ ਵੀ ਥੋੜੀ ਥੋੜੀ ਝਲਕ ਪਵੇ। ਗਾਂ 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 ਮੈਂ ਥੋੜੀ ਥੋੜੀ ਝਲਕ ਪਵੇ। ਗਾਂ 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 ਮੇਰੇ ਗਾਂ ਆਂਦੇ ਘਰ ਵੇ ਨੂੰ ਵਰਤ ਰੱਖੂਗੀ ਤੇਰੇ ਗਾਂ ਗਾਂ ਨੂੰ। ਤੁਹਾਡੇ ਘਰ ਵੀ ਜਮਾ ਨਾਲ ਦੇ ਜੀ, ਤੁਸੀਂ ਤੁਸੀਂ ਜਿਹੜੀ ਲੜਾਈ ਰੱਖਣੀ ਹੈ ਜੀ ਉਹ ਹੈਗੀ ਗਲੀ ਤੋਂ। ਚੱਲ ਵੀ ਗੱਲ ਸੁਣਨੀ, ਤੂੰ ਗਲੀ ਵਿੱਚ ਇੱਟ ਰੱਖੀ ਆ, ਤੂੰ ਪਾਣੀ ਨੀ ਲੰਘਣ ਦਿੱਤਾ। ਤੈਨੂੰ ਕੌਣ ਕਹਿੰਦਾ? ਮਰਜ਼ੀ ਕਿਆ ਹੋਵੇ, ਬਸ ਮੈਂ ਤਾਂ ਇੱਟ ਰੱਖੀ ਦੇਖੀ ਆ। ਮੇਰਾ ਘਰ ਮੈਂ ਰੱਖੂ, ਤੂੰ ਲਾ ਜਿਹੜਾ ਜ਼ੋਰ ਲਾ, ਤੂੰ ਪਾਣੀ ਨਹੀਂ ਲੰਘਣ ਦਿੱਤਾ। ਕਾਕਾ ਸੱਤ ਮਾਰ ਲੈ ਤਾ ਪਿੱਛੇ ਮੇਮਾ ਬਸ। ਤੂੰ ਕੌਣ ਹੁੰਦੀ ਆ? ਤੂੰ ਮੇਰੇ ਪਿੰਡ ਵਿੱਚ ਪਾਥੀਆਂ ਪਸੀਆਂ? ਪਾਥੀਆਂ ਅੱਡੜ ਪਾਥੇ ਬਸ। ਤੈਨੂੰ ਕਹਿੰਨੇ ਕਿਹਾ? ਮੈਨੂੰ ਰਵਨੀਤ ਭੈਣ ਜੀ ਨੇ ਕਿਹਾ। ਤੂੰ ਰਵਨੀਤ ਭੈਣ ਜੀ ਦੀਆਂ ਗੱਲਾਂ ਸੁਣ ਕੇ ਮੇਰੇ ਨਾਲ ਲੜਦੀ ਆ? ਕੀ ਗੱਲ, ਕਿਉਂ ਗੱਲਾਂ ਸੁਣੂਗੀ ਮੇਰੀਆਂ ਭੈਣ ਜੀ ਆ? ਮੇਰੀ ਮੇਰੀ ਮੇਰੀਆਂ ਗੱਲਾਂ ਨਹੀਂ ਸੁਣਨੀਆਂ, ਹੋਰ ਤੇਰੀਆਂ ਸੁਣਨੀਆਂ। ਬੁੜੀਆਂ ਕੋਈ ਪਤਾ ਨੀ, ਦੋ ਮਿੰਟ ਇਕੱਠੀਆਂ ਹੋ ਗਈ, ਤੀਜੀ ਉਠਾ ਲੈਂਦੀ ਆ ਵੀ ਤੂੰ ਇੱਧਰ। ਬਹੁਤ ਵਧੀਆ ਲੜਿਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ? ਹਾਂਜੀ, ਹਰਪ੍ਰੀਤ ਭਾਜੀ। ਹਰਪ੍ਰੀਤ, ਤੁਹਾਡਾ ਨਾਂ ਜੀ? ਮੇਰਾ ਨਾਮ ਮਨੀ ਭਾਜੀ। ਮਨੀ ਜੀ, ਸ਼ੌਂਕ ਜੀ? ਬਸ ਸਿੰਗਿੰਗ ਜੀ। ਗਾਉਣ ਦਾ? ਹੁਣੀ ਤੂੰ ਆਉਣ ਵਾਲੇ, ਹੁਣੀ ਤੂੰ ਆਉਣ ਵਾਲੇ ਪੇਪਰਾਂ ਚੋਂ ਫੇਰ ਹੋ ਜਵੇਂ ਨੀ ਦਿਲ ਤੋੜਨ ਵਾਲੀ ਏ, ਤੈਨੂੰ ਦਿਲ ਹੋ ਜਵੇਂ। ਕੀ ਨਾਂ ਜੀ? ਹਨੀ ਅਦਰਾ ਨਾਂ। ਹਨੀ ਜੀ, ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਲੁਧਿਆਣੇ ਜੀ। ਲੁਧਿਆਣੇ ਤੋਂ? ਹਾਂਜੀ। ਪਰਿਵਾਰ 'ਚ ਕੌਣ ਕੌਣ ਨੇ ਜੀ? ਮੈਂ, ਮੰਮੀ, ਦੋ ਸਿਸਟਰ ਆ। ਓਕੇ ਜੀ, ਓਕੇ ਜੀ, ਓਕੇ। ਤੇ ਸ਼ੌਂਕ ਜੀ? ਗਾਣੇ ਦਾ? ਨੀ ਹੁਣ ਫੋਨ ਬਿਨਾ ਚੱਕੇ ਮਿਲਣਾ ਤਾਂ ਬੜੀ ਦੂਰੀ, ਇੰਨਾ ਕਰੀਦਾ ਨੀ ਸੋਹਣੀਏ ਜਵਾਨੀ ਦਾ ਗਰੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਮਨਦੀਪ ਕੌਰ। ਮਨਦੀਪ ਕੌਰ, ਕਿੱਥੋਂ ਬਿਲੋਂਗ ਕਰਦੇ ਹੋ? ਬੈਰਸੀਆਂ। ਬੈਰਸੀਆਂ? ਅੱਛਾ, ਤੁਹਾਡੇ ਘਰ ਦੇ ਇੱਕ ਮੁੰਡਾ ਲੱਭਿਆ ਸੀਗਾ। ਹੱਸੇ ਕਿਉਂ ਜੀ? ਜਵਾਕ ਲੱਭਣ ਜੀ? ਅੱਛਾ, ਮੁੰਡਾ ਲੱਭਿਆ ਸੀਗਾ ਤੇ ਉਹ ਮੁੰਡਾ ਚਲ ਗਿਆ ਬਾਹਰ, ਉਹ ਫੋਨ ਨਹੀਂ ਕਰਦਾ ਜਮਾਂ ਵੀ। ਤੁਸੀਂ ਹੁਣ ਡਾਂਟਣਾ ਉਹਨੂੰ, ਹੈ ਨਾ, ਵੀ ਫੋਨ ਕਿਉਂ ਨਹੀਂ ਕਰਦਾ, ਮੁੰਡਾ ਹੈਗਾ ਮੈਂ। ਠੀਕ ਹੈ ਜੀ? ਪਹਿਲਾਂ ਰਿੰਗ ਤਾਂ ਟਰੂਟ ਰੂ ਤਾਂ ਕਰੋ ਜੀ, ਆਪ ਕਰਾ ਮੂੰਹ ਨਾਲ। ਅੱਛਾ, ਨਿੱਕੀ ਆਵਾਜ਼ ਪੰਜਾਬ ਦੀ। ਹੈਲੋ ਹੈਲੋ ਹੈਲੋ। ਹਾਂਜੀ, ਹੈਲੋ। ਫੋਨ ਨਹੀਂ ਕੀਤਾ? ਫੋਨ ਨਹੀਂ ਕੀਤਾ? ਫੋਨ ਮੈਂ ਫਿਰ ਰਾਤ ਕਿਹਨੂੰ ਲਾ ਲਿਆ? ਕਿੰਨਾ ਗੱਲ ਕਰਦੇ ਸੀ? ਨਹੀਂ ਨਹੀਂ, ਰਾਤ ਤਾਂ ਸਰ ਲੱਗੇ ਨਹੀਂ, ਮੈਂ ਆਪਣਾ ਫੋਨ ਵੈਸੇ ਨਹੀਂ ਕੀਤਾ ਜੀ, ਕੰਮ ਬਹੁਤ ਆ, ਨਹੀਂ ਕੈਨੇਡਾ ਆਏ ਹੋਏ ਆ। ਮੈਂ ਕਿਹੜਾ ਕੰਮ ਆ? ਐਂ ਤਾਂ ਮੈਂ ਬਹੁਤੀਆਂ ਦਿਹਾੜੀਆਂ ਨਹੀਂ ਲਾਉਂਦਾ, ਵੀ ਉਹਨੇ ਕੀ ਕਮਾਉਣਾ, ਉਹਨਾਂ ਤੇਰੇ ਸੂਟ ਸਾਟ ਛੋਟੇ ਜਿਹੇ ਪੈਂਦੇ ਆ ਤੇਰੇ, ਤੇਰੇ ਕਿਹੜਾ ਵੱਧ ਕੱਪੜਾ ਲੱਗਦਾ, ਪਰ ਫਿਰ ਵੀ ਦਿਹਾੜੀਆਂ ਕਰਨੀਆਂ ਪੈ ਰਹੀਆਂ। ਹੋਰ ਤੂੰ ਸੁਣਾ? ਵਧੀਆ, ਠੀਕ ਹੈ। ਹਾਂਜੀ, ਰੱਸੀ ਰੁੱਸੀ ਟੱਪਦੀ ਹੁੰਦੀ ਆ?
ਨਾਲੇ ਬਾਂਟੇ ਖੇਡਣੇ ਛੱਡੇ ਕਿ ਨਹੀਂ ਅਜੇ ਬੋਲ ਜੀ ਨੀ ਬਸ ਕੱਟਦਾ ਲੱਗਦਾ ਬਾਂਟੇ ਖੇਡੀ ਹੁੰਦੀ ਆ ਕੀ ਸ਼ੌਂਕ ਨੇ ਜੀ ਡਾਂਸਿੰਗ ਡਾਂਸ ਕਰਾਂਗੇ ਜੀ ਢੋਲ ਦੀ ਪੀੜ ਤੇ ਹੁੰਦੇ ਫੱਟ ਸੱਜਣਾ ਦੇ ਲਾਏ ਉਹਦੇ ਬੀਜੀ ਨੇ ਮੁੜ ਨਹੀਂ ਆਉਣਾ ਉਹਦੀ ਯਾਦ ਵੀ ਕਾਨੂੰ ਆਏ ਉਹਦੀ ਯਾਦ ਵੀ ਕਾਨੂੰ ਪਟਿਆਲਾ ਬਰਨਾਲਾ 5 ਕਿਲੋਮੀਟਰ ਮੈਂ ਸਮਝੀ ਜਾਣਾ ਠੀਕ ਅੱਛਾ ਅੱਛਾ ਤੇ ਕੀ ਸ਼ੌਂਕ ਨੇ ਡਰਾਈਵਿੰਗ ਖੜੇ ਚੰਗੇ ਕੀ ਸ਼ੌਂਕ ਨੇ ਜੀ ਹੋਰ ਡਰਾਈਵਿੰਗ ਦਾ ਸ਼ੋਪਿੰਗ ਦਾ ਬੋਲੀ ਪਾ ਠੀਕ ਹੈ ਜੀ ਗੋਡ ਬਲੈਸ ਯੂ ਹੋ ਜੂ ਸਾਰਿਆਂ ਦਾ ਵਿਆਹ ਕੀ ਕਹਿੰਦੀ ਗੁੱਸਾ ਜਮਾ ਜੀ ਜੇ ਗਾਲ ਕੱਢੇਗੀ ਤਾਂ ਮੁੱਕਾ ਆਊਗਾ ਨਹੀਂ ਮੈਂ ਵੀ ਮੁੱਕਾ ਨੀ ਮਾਰਦਾ ਭਾਵੇਂ ਕੱਢ ਲਓ ਗਾਲਾਂ ਜੀ ਕੋਈ ਚੱਕਰ ਰਵਨੀਤ ਆਈ ਲਵ ਯੂ ਲਵ ਯੂ ਟੂ ਬਹੁਤ ਸਾਰੀ ਬਹੁਤ ਸਾਰਾ ਰਿਸਪੈਕਟ ਬਹੁਤ ਸਾਰਾ ਪਿਆਰ ਇੰਨੇ ਯੋਗ ਹੈ ਨਹੀਂ ਜਿੰਨਾ ਰੱਬ ਨੇ ਕਰਤਾ ਜਿੰਨਾ ਤੁਸੀਂ ਕਰਤਾ ਖੁਸ਼ ਰਹੋ ਬਾਬਾ ਜੀ ਤਰੱਕੀ ਦੇਣ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਐਂ ਲੱਗਦਾ ਜਿਵੇਂ ਉਹਨੇ ਮੈਨੂੰ ਲਵ ਯੂ ਕਹਿਤਾ ਇਹਦਾ ਮੁੜ ਕੇ ਦਿਲ ਟੁੱਟ ਗਿਆ ਹੁੰਦਾ ਬਾਈ ਵੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਗੁਰਿੰਦਰ ਤੇ ਪੱਗ ਫੁੱਲ ਵੈਲ ਕਿਹੜਾ ਕੱਪੜਾ ਜੀ ਇਹ ਰੂਬੀਆ ਕੱਪੜਾ ਜੀ ਅੱਛਾ ਮਿਕਸ ਹੈ ਹਾਂਜੀ ਹਾਂਜੀ ਓਕੇ ਓਕੇ ਸੋਹਣੀ ਲੱਗਦੀ ਜੀ ਕਿੰਨੇ ਮੀਟਰ ਹੈ ਜੀ ਇਹ ਹੈਗੀ ਜੀ 7.5 ਹੈ 7.5 ਹਾਂਜੀ ਚਲੋ ਠੀਕ ਹੈ ਬਹੁਤ ਸਾਰੀ ਮਿਹਰ ਪਰਮਾਤਮਾ ਜੀ ਤੁਹਾਡੇ ਉੱਤੇ ਬਰਕਰਾਰ ਰੱਖਿਓ ਜੀ ਸਰਦਾਰੀ ਨੂੰ ਥੈਂਕ ਯੂ ਤੇ ਸੋਹਣੇ ਵੀ ਹੋ ਮਾਲਕ ਤੰਦਰੁਸਤੀ ਬਖਸ਼ੇ ਕੀ ਸ਼ੌਂਕ ਨੇ ਜੀ ਲਿਖਣ ਦਾ ਸ਼ੌਂਕ ਹੈ ਬਾਈ ਆਪ ਜੀ ਹਾਂਜੀ ਹਾਂਜੀ ਇੱਕ ਦੋ ਗਾਣੇ ਆਏ ਉੱਪਰ ਫਸਿਆ ਜੀ ਕੁਝ ਫਿਰਦੇ ਸਿਰ ਤੇ ਕੱਟ ਪਵਾਈ ਉਹ ਕੇਸ ਬਖਸ਼ਿਸ਼ ਗੁਰੂਆਂ ਦੀ ਉਹ ਜਾਂਦੇ ਮਿੱਟੀ ਵਿੱਚ ਰਲਾਈ ਉਹ ਕੰਨੀ ਮੁੰਦਰਾ ਪਾ ਲਈਆਂ ਖੁਰਾਕਾਂ ਛੱਡ ਨਸ਼ਿਆਂ ਵਿੱਚ ਰੁਲ ਗਏ ਉਹ ਕਾਕੇ ਸਰਦਾਰਾਂ ਦੇ ਫਿਰ ਬਾਅਦ ਗੱਲ ਕਰਦੇ ਨੇ ਕਹੀ ਜਾਣਾ ਪੱਗਾਂ ਬੰਨਣੀਆਂ ਭੁੱਲ ਗਏ ਉਹ ਫਿਰ ਆਦਾ ਬੋਣ ਦਾ ਸਰਦਾਰਾਂ ਦੇ ਉਹ ਅੱਜ ਕੱਲ ਪੱਗਾਂ ਬੰਨਣੀਆਂ ਨਹੀਂ ਆਉਂਦਾ ਯਾਰ ਉਹ ਕਾਕੀਆਂ ਵੀ ਘੱਟ ਨਹੀਂ ਹਾਂ ਹੁਣ ਬਸ ਹੁਣ ਪਹਿਨਣ ਪੈਂਟਾਂ ਨਾਲ ਕਮੀਜ਼ਾਂ ਉਹ ਕਾਕੀਆਂ ਵੀ ਘੱਟ ਨਹੀਂ ਉਹ ਪਹਿਨਣ ਪੈਂਟਾਂ ਨਾਲ ਕਮੀਜ਼ਾਂ ਉਹ ਬਹੁਤਾ ਪੜ ਲਿਖ ਕੇ ਵੀ ਨਾ ਆਈਆਂ ਬੋਲਣ ਦੀਆਂ ਤਮੀਜ਼ਾਂ ਉਹ ਕਾਕੇ ਸਰਦਾਰਾਂ ਦੇ ਉਹ ਅੱਜ ਕੱਲ ਪੱਗਾਂ ਬੰਨਣੀਆਂ ਭੁੱਲ ਗਏ ਬਹੁਤ ਅੱਛਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿਰਨ ਕਿੱਥੋਂ ਬਿਲੋਂਗ ਕਰਦੇ ਹੋ ਜੀ ਚਰਾਹੋਂ ਤੋਂ ਹੀ ਬਿਜ਼ਨਸ ਹੈ ਤੁਹਾਡਾ ਨਹੀਂ ਖੇਤੀਬਾੜੀ ਖੇਤੀਬਾੜੀ ਵੀ ਚੰਗੀ ਲੱਗ ਰਹੀ ਹੈ ਐਡੀ ਆ ਜੱਟਾਂ ਦੀ ਚੰਗੀ ਹੁੰਦੀ ਹੈ ਜੱਟਾਂ ਦੀ ਬਹੁਤ ਚੰਗੀ ਹੈ ਜੀ ਜੱਟ ਕਦੇ ਐ ਨਹੀਂ ਰਹਿਣਾ ਹੋ ਜਾਣ ਜੀ ਫਿਰ ਨਹੀਂ ਐ ਨਹੀਂ ਹੁੰਦੇ ਇੱਥੇ ਰਹਿਣਾ ਇੰਨਾ ਇੰਨਾ ਠੀਕ ਹੈ ਜੀ ਬਸ ਇੱਥੇ ਰਹਿਣਾ ਕੀ ਸ਼ੌਂਕ ਹੈ ਜੀ ਜ਼ਿੰਦਗੀ ਦਾ ਸ਼ੌਂਕ ਬਸ ਡਾਂਸਿੰਗ ਗਾਣਾ ਗਾਉਣਾ
ਅੱਛਾ ਤੁਸੀਂ ਕੀ ਸੋਚਦੇ ਹੋ ਵੀ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਜਿਹੜੇ ਘਰ ਵਾਲੇ ਤੁਹਾਡੇ ਵਾਸਤੇ ਮੁੰਡਾ ਲੱਭਣ ਕੁਆਲਿਟੀਜ਼ ਜਾਂ ਅੱਜ ਕੱਲ੍ਹ ਦੇ ਮੁੰਡੇ 'ਚ ਕਿਹੜੀਆਂ ਕਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਰਿਸਪੈਕਟ ਦੇਵੇ ਕੇਅਰਿੰਗ ਹੋਵੇ ਰਿਸਪੈਕਟ ਹੋਵੇ ਹਾਂ ਕੇਅਰਿੰਗ ਹੋਵੇ ਕੇਅਰਿੰਗ ਹੋਵੇ ਹਾਂ ਖਵਾਉਂਦਾ ਪਿਆਉਂਦਾ ਹੋਵੇ ਖਵਾਉਂਦਾ ਪਿਆਉਂਦਾ ਖਵਾਈ ਚੱਲ ਹੋਵੇ ਬਸ ਹਾਂ ਇੱਥੇ ਚੱਲ ਠੀਕ ਹੈ ਠੀਕ ਹੈ ਠੀਕ ਹੈ ਤੇ ਫੋਰਥ ਥਿੰਗ ਆ ਸ਼ਾਪਿੰਗ ਦਾ ਸ਼ੌਂਕ ਆ ਘੁੰਮਾਉਣ ਫਿਰਾਉਣ 'ਚ ਬਸ ਨਵੀਂ ਨਵੀਂ ਜਗ੍ਹਾ ਦੇਖਣ ਦਾ ਚਲੋ ਸੁਣਾਓ ਜੀ ਫਿਰ ਗੀਤ ਉਹ ਐਵੇਂ ਡਰਿਆ ਨਾ ਕਰ ਮੇਰੀ ਮਿੱਠੀਏ ਉਹ ਵਾਲ ਵਿੰਗਾ ਨਾ ਕੋਈ ਵੀ ਕਰ ਸਕਦਾ ਉਹ ਮੇਰੇ ਨੀਕੂਆ ਨੀਲੀ ਛੱਤ ਵਾਲੇ ਦੀ ਉਹ ਸਾਡੇ ਸਾਵੇਂ ਨਾ ਕੋਈ ਵੀ ਖੜ ਸਕਦਾ ਕੋਈ ਨਹੀਂ ਖੜਦਾ ਸਾਵੇਂ ਕੋਈ ਨਹੀਂ ਗੱਲ ਆ ਖੜ ਵੀ ਨਹੀਂ ਸਕਦਾ ਖੜਾ ਦੇਣਾ ਵੀ ਨਹੀਂ ਜਾਵਾ ਜਾਵਾ ਦੇਣੇ ਨਹੀਂ ਹਾਂ ਉਹ ਸਾਰੇ ਸਿਰੇ ਦੇ ਗਰਾਰੀ ਬਾਜ਼ੀ ਲੜੇ ਪੱਟੂ ਗੋਲੀਆਂ ਚਲਾਉਂਦੇ ਠਾਠਾ ਥੈਂਕ ਯੂ ਗੌਰ ਬੇਸ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਨਾਂ ਜੀ ਗੁਰਪ੍ਰੀਤ ਮਾਨ ਕਿੱਥੋਂ ਬਿਲੋਂਗ ਕਰਦੇ ਹੋ ਉਦੋਵਾਲ ਤੋਂ ਗੜੀਆ ਦੋਵਾਲ ਤੋਂ ਅੱਛਾ ਜੀ ਹਾਂਜੀ ਪਰਿਵਾਰ 'ਚ ਕੌਣ ਕੌਣ ਹੈ ਜੀ ਪਾਪਾ ਹੈ ਮੰਮੀ ਆ ਸਿਸਟਰ ਆ ਮੈਂ ਓਕੇ ਗ੍ਰੈਂਡਫਾਦਰ ਆ ਓਕੇ ਓਕੇ ਪਾਕਟ ਮਨੀ ਘਰ ਵੱਲੋਂ ਵੀ ਮਿਲਦੀ ਹੈ ਦੀਦੀ ਵੱਲੋਂ ਮਿਲਦੀ ਹੈ ਹਾਂਜੀ ਦੀਦੀ ਦੋਵੇਂ ਪਾਸੋਂ ਮਿਲਦੀ ਦੋਵੇਂ ਪਾਸੇ ਮਿਲਦੀ ਕਿੰਨੀ ਕਿੰਨਾ ਖਰਚਾ ਮਿਲੇ ਜਾਂਦਾ ਮਹੀਨੇ ਕਦਾ 2000 2000 ਨਾ 2000 ਨਾ ਕਿੱਥੇ ਸਰਦਾ ਤੁਹਾਡਾ ਨਹੀਂ ਨਹੀਂ ਸਰ ਜਾਂਦਾ ਭਾਜੀ ਸਰ ਜਾਂਦਾ ਫਿਰ ਸਿਆਣਾ ਜਵਾਕ ਨੂੰ ਹਾਂਜੀ ਹਾਂਜੀ ਤੇ ਕੀ ਸ਼ੌਂਕ ਹੈ ਸ਼ੌਂਕ ਪੜ੍ਹਾਈ ਦਾ ਆ ਗਾਣੇ ਦਾ ਆ ਤੇ ਖੇਤੀ ਦਾ ਆ ਖੇਤੀ ਦਾ ਹਾਂਜੀ ਘਰਦੇ ਨਾਲ ਹਨਾ ਕੰਮ ਬਟਾਉਣਾ ਚਾਹੀਦਾ ਹਾਂਜੀ ਹਾਂਜੀ ਸੁਣਾਓ ਫਿਰ ਮੇਰੇ ਪਾਪਾ ਨੂੰ ਪਹਿਲਾਂ ਹੈਲੋ ਕਰ ਦਿਓ ਮੇਰਾ ਪਾਪਾ ਨਹੀਂ ਉਹ ਮੇਰੇ ਪਾਪਾ ਕਾ ਮੇਰੇ ਪਾਪਾ ਨੂੰ ਪਹਿਲਾਂ ਹੈਲੋ ਕਰ ਦਿਓ ਹੈਲੋ ਜੀ ਇਹਨਾਂ ਦੇ ਪਾਪਾ ਜੀ ਨੂੰ ਦੇਖਦੇ ਹੁੰਦੇ ਪ੍ਰੋਗਰਾਮ ਹਾਂਜੀ ਹਾਂਜੀ ਬਹੁਤ ਦੇਖਦੇ ਤੁਹਾਡਾ ਡੇਲੀ ਦੇਖਦੇ ਰਹਿੰਦੇ ਆ ਅੱਛਾ ਜੀ ਜਦੋਂ ਵੀ ਆਉਂਦਾ ਤੁਹਾਡਾ ਪੱਕਾ ਦੇਖਦੇ ਰਹਿੰਦੇ ਡੇਲੀ ਤਾਂ ਮੈਂ ਆਉਂਦਾ ਨਹੀਂ 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 ਜਦੋਂ ਵੀ ਤੁਹਾਡਾ ਆਉਂਦਾ ਚਲੋ ਤੇ ਜਦੋਂ ਵੀ ਆਉਂਦੇ ਨੇ ਜਦੋਂ ਵੀ ਮੈਂ ਆਉਂਦਾ ਤੇ ਉਦੋਂ ਇਹਦੇ ਨੇ ਫਾਦਰ ਸਾਹਿਬ ਦੇਖਦੇ ਆ ਕੀ ਨਾਂ ਨਛੱਤਰਪਾਲ ਸਰਦਾਰ ਨਛੱਤਰਪਾਲ ਸਿੰਘ ਕਿਆ ਕਰੋ ਇੱਜ਼ਤ ਉੱਜਤ ਦਿੰਦੇ ਨਛੱਤਰਪਾਲ ਨਾਲ ਪੜ੍ਹਦਾ ਫਾਦਰ ਸਾਹਿਬ ਨੇ ਉਹ ਹਾਂਜੀ ਇੱਜ਼ਤ ਦਿਆ ਕਰੋ ਹਾਂਜੀ ਖਾਓ ਜੀ ਮੁੰਡੇ ਨੂੰ ਬਾਏ ਬਾਏ ਮੈਨੂੰ ਕਰੀ ਜਾਂਦੇ ਚਲੋ ਨਛੱਤਰ ਭਾਜੀ ਰਵਨੀਤ ਦੇ ਨਾਲ ਮੈਂ ਤੁਹਾਡਾ ਫੈਨ ਮੈਂ ਤੁਹਾਡਾ ਫੈਨ ਮੈਂ ਤੁਹਾਡਾ ਪੁੱਤ ਮੈਂ ਤੁਹਾਡਾ ਪੁੱਤ ਰਵਨੀਤ ਦਾ ਫੈਨ ਹਾਂ ਚਲੋ ਅੰਕਲ ਜੀ ਬਹੁਤ ਲਾਡ ਪਿਆਰ ਨਾਲ ਜੰਮਿਆ ਤੇ ਸੁਣਾਓ ਗੀਤ ਮੁੱਦ ਤੋਂ ਪਹਿਲਾਂ ਵਿਛੜੀ ਸੀ ਜੋ ਸਾਰੇ ਰਿਸ਼ਤੇ ਤੋੜ ਕੇ ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਸੁਰੇਸ਼ ਬਾਲੀ ਸੁਰੇਸ਼ ਬਾਲੀ ਕੀ ਸ਼ੌਂਕ ਨੇ ਜੀ ਸਿੰਗਿੰਗ ਦਾ ਭੰਗੜੇ ਦਾ ਕੀ ਕੀ ਕਰੋਗੇ ਹੁਣ ਇੱਥੇ ਸ਼ੌਂਕ ਆ ਜੀ ਸੁਣਾਓ ਉਹ ਹਲੇ ਘਰ ਦੇ ਹਾਲਾਤ ਠੀਕ ਨਹੀਂ ਹਾਲਾਤ ਠੀਕ ਨਹੀਂ ਹਾਲਾਤ ਠੀਕ ਨਹੀਂ ਆਵੇ ਵੀ ਤੇ ਬਰਾਂਡਾ ਵਗਦਾ ਬਰਾਂਡਾ ਵਗਦਾ ਦੋਰ ਗਿਆ ਕਰਦਾ ਸਕੋਟਾ ਲੈ ਲਮਾ ਉਹ ਪਰ ਕਰਜੇ ਤੋਂ ਡਰ ਲੱਗਦਾ ਉਹ ਕਦੇ ਕਦੇ ਮੇਰਾ ਦਿਲ ਕਰਦਾ ਉਹ ਮੰਗ ਕਰਾਵੇਂ ਵੀ ਆਈਫੋਨ ਦੀ ਉੰਜ ਲੈਣ ਨੂੰ ਤਾਂ ਲੈ ਵੀ ਲਮਾ ਪਰ ਲੋੜ ਕੀ ਹੈ ਤੰਗ ਹੋਣ ਦੀ ਉਹ ਭੈਣ ਬਾਪੂ ਨੂੰ ਨਾ ਹੱਥ ਅੱਡਣੇ ਉਂਝ ਫਿਕਰ ਨੀ ਮੈਨੂੰ ਜਗਦਾ ਉਹ ਦਿਲ ਕਰਦਾ ਸਕੋਟਾ ਲੈ ਲਮਾ ਉਹ ਪਰ ਕਰਜੇ ਤੋਂ ਡਰ ਲੱਗਦਾ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਬਲਵੰਤ ਕੌਰ ਬਲਵੰਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਰਾਹੋਂ ਤੋਂ ਕਿੱਦਾਂ ਦਾ ਲੱਗਿਆ ਜੀ ਕਾਲਜ ਬਹੁਤ ਵਧੀਆ ਲਾਸਟ ਇਅਰ ਆ ਸਾਡਾ ਲਾਸਟ ਇਅਰ ਸੀਨੀਅਰ ਹੋ ਗਏ ਜੀ ਹਾਂਜੀ ਵਧੀਆ ਟਾਈਮ ਬਤੀਤ ਕੀਤਾ ਜੀ ਹਾਂਜੀ ਬਹੁਤ ਵਧੀਆ ਕਾਲਜ ਲਾਈਫ ਵਧੀਆ ਜੀ ਹਾਂਜੀ ਤੇ ਕੀ ਸੁਣਾਓਗੇ ਜੀ ਗੀਤ ਹਾਂਜੀ ਓਕੇ ਸੁਣਾਓ ਸਭ ਤੋਂ ਪਹਿਲਾਂ ਨਾ ਮੇਰੀ ਛੋਟੀ ਭੈਣ ਆ ਉਹਦਾ ਨਾਂ ਸੁਖਮਣੀ ਆ ਉਹਨੂੰ ਇੱਕ ਵਾਰੀ ਹਾਈ ਕਹਿ ਦਿਓ ਸੁਖਮਣੀ ਜੀ ਨੂੰ ਹੈਲੋ ਹਾਈ ਇਹਨਾਂ ਦੇ ਛੋਟੇ ਸਿਸਟਰ ਨੇ ਤੇ ਥੈਂਕ ਯੂ ਸੋ ਮਚ ਤੁਸੀਂ ਸ਼ੋਅ ਦੇਖਦੇ ਹੋ ਹਾਂਜੀ ਚੰਨਾ ਵੇ ਮੇਰੀ ਇੱਕ ਗੱਲ ਸੁਣ ਤੇਰੇ ਉੱਤੇ ਜ਼ੋਰ ਮੇਰਾ ਚੱਲਦਾ ਨਹੀਂ ਹੁਣ ਚੰਨਾ ਵੇ ਮੇਰੀ ਇੱਕ ਗੱਲ ਸੁਣ ਤੇਰੇ ਉੱਤੇ ਜ਼ੋਰ ਮੇਰਾ ਚੱਲਦਾ ਨਹੀਂ ਹੁਣ ਮਾਰਦਾ ਹੁੰਦਾ ਸੀ ਕਦੇ ਮਿੱਠੀਆਂ ਤੂੰ ਗੱਲਾਂ ਮਾਰਦਾ ਹੁੰਦਾ ਸੀ ਕਦੇ ਮਿੱਠੀਆਂ ਤੂੰ ਗੱਲਾਂ ਹੁਣ ਤੈਨੂੰ ਹੋ ਗਿਆ ਕੀ ਵੇ ਸੱਚ ਦੱਸ ਦੇ ਸੋਹਣਿਆ ਮੇਰੇ ਤੋਂ ਕੀ ਭਰ ਗਿਆ ਜੀਵੇ ਸੱਚ ਦੱਸ ਦੇ ਸੋਹਣਿਆ ਮੇਰੇ ਤੋਂ ਕੀ ਭਰ ਗਿਆ ਜੀਵੇ ਸੱਚ ਦੱਸ ਦੇ ਸੋਹਣਿਆ ਮੇਰੀ ਨੀ ਸੁਣ ਮੇਰੀ ਏ ਤੂੰ ਜਾਣੇ ਲੱਗਦਾ ਏ ਤੈਨੂੰ ਪਰ ਲਾਉਂਦਾ ਨੀ ਬਹਾਨੇ ਮੇਰੀ ਨੀ ਸੁਣ ਮੇਰੀ ਏ ਤੂੰ ਜਾਣੇ ਲੱਗਦਾ ਏ ਤੈਨੂੰ ਪਰ ਲਾਉਂਦਾ ਨੀ ਬਹਾਨੇ ਹੁੰਦੇ ਕੰਮ ਕਾਰ ਬਿਜ਼ੀ ਰਹਿੰਦਾ ਤੇਰਾ ਯਾਰ ਹੁੰਦੇ ਕੰਮ ਕਾਰ ਬਿਜ਼ੀ ਰਹਿੰਦਾ ਤੇਰਾ ਯਾਰ ਉਂਜ ਮੇਰੇ ਦਿਲ ਚ ਕੋਈ ਖਾਰ ਨੀ ਤੈਨੂੰ ਅੱਜ ਵੀ ਹਾਨਣੇ ਪਹਿਲਾਂ ਵਾਂਗੂ ਕਰਦਾ ਪਿਆਰ ਨੀ ਮੈਂ ਤੈਨੂੰ ਅੱਜ ਵੀ ਹਾਨਣੇ ਥੈਂਕ ਯੂ ਸੋ ਮਚ ਬਹੁਤ ਸੋਹਣੀ ਆਵਾਜ਼ ਤੁਹਾਡੇ ਡਿੰਪਲ ਬਿੰਦੇ ਨੇ ਬਹੁਤ ਕਿਊਟ ਹੋ ਤੁਸੀਂ ਗੋਡ ਬਲੈਸ ਯੂ ਕੀ ਨਾਂ ਜੀ ਲਖਵਿੰਦਰ ਨੇ ਭਾਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਭਾਈ ਬੜਾ ਜ਼ੋਰ ਤੋਂ ਜੀ ਬੜਾ ਜ਼ੋਰ ਤੋਂ
ਤੇ ਕੀ ਸ਼ੌਂਕ ਨੇ ਜੀ? ਭਾਜੀ ਮੇਰਾ ਸ਼ੌਂਕ ਹੈ ਫੁੱਟਬਾਲ ਪਲੇਅਰ ਵਧੀਆ ਬਣਨਾ ਤੇ ਮਕੈਨੀਕਲ ਬੀਟੈਕ ਵਧੀਆ ਹੋ ਜਾਵੇ, ਜੋਬ ਜੇ ਵਧੀਆ ਲੱਗੇ। ਕਿੰਨੇ ਕੁ ਪਰਸੈਂਟ ਤੱਕ ਹੋ ਜਾਵੇ? ਹੋ ਜਾਵੇ ਭਾਜੀ 60% ਹੋ ਜਾਵੇ, ਵਧੀਆ ਹੀ ਆ। ਫਸਟ ਡਿਵੀਜ਼ਨ ਆ ਜੀ। ਹਾਂਜੀ ਹਾਂਜੀ। ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ 'ਚ ਮੈਂ, ਮੰਮੀ, ਪਾਪਾ ਆ ਜੀ, ਸਿਸਟਰ ਨੇ ਜੀ। ਓਕੇ, ਡੈਡੀ ਦਾ ਸੁਭਾਅ ਕਿੱਦਾਂ ਦਾ ਜੀ? ਡੈਡੀ ਦਾ ਸੁਭਾਅ ਵੀ ਹੈ ਜੀ, ਕੱਬੇ ਹੀ ਹੁੰਦੇ, ਤੁਹਾਨੂੰ ਪਤਾ ਹੀ ਆ ਪਿੰਡ ਵਾਲੇ। ਅੱਛਾ, ਸਭ ਤੋਂ ਜ਼ਿਆਦਾ ਕਦੋਂ ਕਿਹੜੀ ਗੱਲੋਂ ਡਾਂਟ ਪੈਂਦੀ? ਜਦੋਂ ਕੰਮ ਨਹੀਂ ਕਰੀਦਾ ਭਾਜੀ, ਪੱਠੇ ਪੁੱਠੇ ਨੂੰ ਕੁਤਰੀ ਦੇ ਆ। ਬਸ ਵਿਹਲੇ। ਪੱਠੇ ਤੇਰੇ ਬੁੜੇ ਨੇ ਕੁਤਰਨੇ ਆ? ਹਾਂਜੀ ਹਾਂਜੀ। ਕੁਤਰ ਲਿਆ ਫਿਰ ਕਿ ਨਹੀਂ? ਉਤਰ ਗਿਆ ਪੱਠੇ, ਚੱਲ। ਅੱਛਾ, ਮੱਝਾਂ ਡਿੰਗੀ ਜਾਂਦੀਆਂ ਘੰਟੇ। ਉਹ ਸੈਲਫੀ ਸੈਲਫੀ ਨਹੀਂ 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 ਬਾਪੂ, ਐ ਐ ਨੀ ਪਤਾ ਕੀ, ਮਾਡਰਨ ਹੋ ਗਏ ਹੁਣ ਡੈਡੀ ਆਪਾਂ। ਹਾਂ ਜਾ ਜਾ ਡੈਡੀ, ਜਾ ਜਾ, ਮੈਂ ਨਾ ਬੀਬੀ ਜਾਇਆ ਜਾਇਆ ਗੱਲ ਤਾਂ ਸੁਣੋ, ਆਹ ਦੇਖੋ ਨੂੰ ਕੀ ਕਹਿੰਦੀ ਹੈ ਤੁਹਾਡੀ? ਕਿਆ ਕਹਿੰਦੀ? ਪੜ੍ਹਨਾ ਥੋੜੀ ਹੈ। ਕਹਿੰਦੀ ਹੈ, ਨੂੰ ਕਹਿੰਦੀ ਹੈ ਵੀ ਕੱਲ ਮੈਨੇ ਤੁਹਾਰੇ ਪਾਪਾ ਕੋ ਦੇਖਾ। ਸੋ ਸੈਡ ਬੇੜਾ ਕਰ, ਤੁਹਾਰੇ ਪਾਪਾ ਨੇ ਲਾਲ ਰੰਗ ਕਾ ਜੱਗਾ ਪਹਿਨਾ ਤਾਂ ਪਿੱਛੇ ਝੱਟਾ ਪੈ ਗਿਆ ਬਾਪੂ, ਪਿੱਛੇ ਝੱਟਾ ਪੈ ਗਿਆ। ਹਾਂਜੀ, ਹੁਣ ਪੱਠੇ ਕੁਤਰਿਆ, ਬਸ ਬਹੁਤ ਹੋ ਗਿਆ, ਚੱਲਿਆ ਜੀ। ਚਲ ਖਬਰਦਾਰ। ਚੰਗਾ ਜੀ, ਚੰਗਾ ਜੀ, ਬਹੁਤ ਕੱਬਾ ਡੈਡੀ। ਤੇ ਕੀ ਸੁਣਾਓਗੇ ਗਾਣਾ? ਨਹੀਂ ਭਾਈ, ਇੱਕ ਬੋਲੀ ਪਾ ਦਾਂ। ਬੋਲੀ 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 ਬੋਲੀ। ਬਾਰੀ ਬਰਸੀ ਖੱਡਣ ਗਿਆ ਸੀ, ਖੱਟ ਕੇ ਲਿਆਂਦਾ ਲੱਡੂ, ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ, ਕੱਪੜੇ ਬਹੁਤ ਹੋ ਗਏ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਬਹੁਤ। ਕੀ ਨਾਂ ਜੀ? ਰਾਹੁਲ ਕੁਮਾਰ ਜੀ। ਰਾਹੁਲ ਕੁਮਾਰ ਜੀ, ਕੀ ਸੁਣਾਓਗੇ? ਗਾਣਾ ਸੁਣਾਓ। ਸੁਣਾਓ ਜੀ, ਸੁਣਾਓ ਸੁਣਾਓ। ਤੇਰੇ ਜਹਰ 'ਚ ਵੀ ਗੱਲ ਕੋਈ ਹੋਊਗੀ, ਐਵੇਂ ਤਾਂ ਨਹੀਂ ਗੱਲਾਂ ਹੁੰਦੀਆਂ, ਪਤਾਈਆਂ ਵੱਡਿਆਂ ਘਰਾਂ ਦੀਆਂ ਜੰਮੀਆਂ, ਦੇਣ ਮੈਨੂੰ ਛੱਲੇ ਮੁੰਦੀਆਂ, ਉਹ ਮੁੱਠੀਆਂ 'ਚ ਮੀਚ ਲੁਤਫਾਂ ਨੇ ਪਤਲੋਨੀਆਂ, ਨਾ ਜੱਟ ਦੇ ਇਰਾਦਿਆਂ 'ਚ ਜ਼ੋਰ ਹੈ, ਖੁੱਲੀ ਛੁੱਟੀ ਜਿੱਥੇ ਜਾਣਾ ਜਾ ਪਤਲੋ, ਸਾਡੇ ਬਾਰੇ ਗੱਜ ਲੱਭਦਾ ਕੋਈ ਹੋਰ ਹੈ, ਮੁੱਠੀਆਂ 'ਚ ਮੀਚ ਲੁਤਫਾਂ ਨੇ ਜੱਟੀਏ ਨੀ, ਨਾ ਜੱਟ ਦੇ ਇਰਾਦਿਆਂ 'ਚ ਜ਼ੋਰ ਹੈ, ਖੁੱਲੀ ਛੁੱਟੀ ਜਿੱਥੇ ਜਾਣਾ ਜਾ ਪਤਲੋ, ਸਾਡੇ ਬਾਰੇ ਗੱਜ ਲੱਭਦਾ ਕੋਈ ਹੋਰ ਹੈ, ਕਈ ਵੱਡੇ ਘਰਾਂ ਦੀਆਂ ਜੰਮੀਆਂ, ਦੇਣ ਮੈਨੂੰ ਛੱਲੇ ਮੁੰਦੀਆਂ, ਕਈ ਵੱਡੇ ਘਰਾਂ ਦੀਆਂ ਜੰਮੀਆਂ, ਦੇਣ ਮੈਨੂੰ ਛੱਲੇ ਮੁੰਦੀਆਂ, ਤੇਰੇ ਯਾਰ 'ਚ। ਚਲੋ ਜੀ, ਦੁਆਬਾ ਗਰੁੱਪ ਆਫ ਕਾਲਜਿਸ ਨਵਾਂਸ਼ਹਿਰ ਦੇ ਡਾਇਰੈਕਟਰ ਸਰ ਸਾਡੇ ਨਾਲ ਨੇ, ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ ਜੀ? ਡਾਕਟਰ ਰਾਜੇਸ਼ਵਰ ਸਿੰਘ। ਡਾਕਟਰ ਸਾਹਿਬ, ਤੁਸੀਂ ਕਦੋਂ ਜੁਆਇਨ ਕੀਤਾ ਜੀ ਕਾਲਜ? 2009 ਮੇ। 2009 ਮੇ, ਕੈਸਾ ਲੱਗਾ ਜੀ ਐਕਸਪੀਰੀਅੰਸ ਅਬ ਤੱਕ ਦਾ? ਐਕਸਲੈਂਟ, ਐਕਸਲੈਂਟ, ਆਈ ਫਾਊਂਡ ਥਿਸ ਰੀਅਲੀ ਐਕਸਲੈਂਟ ਪਲੇਸ। ਅੱਛਾ, ਐਕਸਲੈਂਟ ਹੈ ਜੀ। ਹਾਂ, ਚੰਗਾ 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 ਚੰਗਾ। ਅੱਛਾ, ਬੇਸਿਕਲੀ ਆਪ ਕਹਾਂ ਸੇ ਹੋ ਜੀ? ਬੇਸਿਕਲੀ ਆਈ ਐਮ ਫਰਮ ਬਿਹਾਰ। ਬਿਹਾਰ ਸੇ ਹੋ ਜੀ? ਬਟ ਨਾਓ ਆਈ ਐਮ ਸੈਟਲਡ ਇਨ ਸੋਨੀਪਤ, ਹਰਿਆਣਾ। ਸੋਨੀਪਤ ਸੈਟਲ ਹੋ ਗਏ ਜੀ? ਲਾਸਟ 25 ਇਅਰਸ ਆਈ ਐਮ ਇਨ ਪੰਜਾਬ ਐਂਡ ਹਰਿਆਣਾ। ਓਕੇ ਜੀ, ਕਦੇ ਕਦੇ ਪੰਜਾਬ, ਕਦੇ ਕਦੇ ਹਰਿਆਣਾ। ਫੈਮਿਲੀ ਕਹਾਂ ਤੇ ਹੈ ਜੀ? ਕਹੀਂ ਵੀ ਪੰਜਾਬ 'ਚ। ਪੰਜਾਬ 'ਚ ਪੰਜਾਬੀ ਆ ਗਈ ਜੀ? ਯੈਸ, ਥੋੜੀ ਥੋੜੀ ਆ ਗਈ ਜੀ, ਥੋੜੀ ਥੋੜੀ ਦੱਸਣੇ। ਅੱਛਾ, ਜਦੋਂ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਪੰਜਾਬੀ, ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ, ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ, ਉਦੋਂ ਪੰਜਾਬੀ ਕੀ ਕਰਦਾ ਜੀ? ਭੰਗੜਾ ਪਾਉਂਦਾ। ਥੈਂਕ ਯੂ ਸੋ ਮਚ ਜੀ, ਤੁਸੀਂ ਸੱਚੀ ਹੋ, ਪੰਜਾਬੀ ਨੂੰ ਪਛਾਣ ਗਏ ਜੀ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗੇ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਸਰੂਪ ਪੌੜਵਾਲ ਜੀ। ਓਕੇ ਸਰ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮਕੈਨੀਕਲ 'ਚ ਜੀ। ਮਕੈਨੀਕਲ 'ਚ ਜੀ, ਕੀ ਸੁਣਾਓਗੇ ਜੀ, ਸ਼ੌਂਕ ਜੀ ਤੁਹਾਡੇ? ਜਦੋਂ ਅਸੀਂ ਪੜ੍ਹਦੇ ਸੀਗੇ ਜੀ, ਉਸ ਵੇਲੇ ਭੰਗੜਾ ਅਤੇ ਮਲਵਈ ਗਿੱਧੇ 'ਚ ਸੀਗੀ। ਓਕੇ ਓਕੇ ਓਕੇ। ਅਤੇ ਉਦੋਂ ਦੀਆਂ ਇੱਕ ਦੋ ਬੋਲੀਆਂ ਯਾਦ ਆ। ਹਾਂਜੀ ਹਾਂਜੀ, ਉਹੀ ਸੁਣਾ ਦਿੰਦੇ। ਸੁਣਾਓ ਜੀ, ਸੁਣਾਓ। ਓ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੱਗ ਬੈਠੀ ਖੂੰਜੇ, ਇਕੱਲੇ ਭੌਰ ਦਾ ਚਿੱਤ ਨਹੀਂ ਲੱਗਦਾ, ਇਕੱਲੇ ਭੌਰ ਦਾ ਚਿੱਤ ਨਹੀਂ ਲੱਗਦਾ, ਖਾਲੀ ਹਵੇਲੀ ਗੂੰਜੇ ਨੀ, ਕਿਹੜਾ ਮੇਰੇ ਭਾਂਡੇ ਮਾਂਜੂ, ਓ ਕਿਹੜਾ ਮੇਰੇ ਭਾਂਡੇ ਮਾਂਜੂ, ਕੌਣ ਵੇੜੇ ਨੂੰ ਹੁੰਜੇ ਨੀ ਲੈ ਕੇ ਜਾਊਂਗਾ, ਮੋਤੀ ਬਾਗ ਦੀ ਗੂੰਜੇ ਨੀ ਲੈ ਕੇ ਜਾਊਂਗਾ। ਜਮਾਨੀ ਪੜਦੇ ਕੁੜੀਆਂ ਨੂੰ ਵੇਖ ਠੰਡੇ ਹੋਕੇ ਪਰਦੇ, ਇਹਨਾਂ ਆਸ਼ਕੀ ਦੀ ਕਰਨੀ ਪੜਾਈ ਮਿੱਤਰੋ, ਆਸ਼ਕੀ ਦੀ ਕਰਨੀ ਪੜਾਈ ਮਿੱਤਰੋ, ਦੁਆਬੇ ਵਿੱਚ ਆਏ ਆਪਾਂ ਇਸੇ ਕਰਕੇ, ਕਰਨੀ ਆ ਕੋਰਸ ਦੀ ਪੜਾਈ ਮਿੱਤਰੋ। ਬਹੁਤ ਵਧੀਆ, ਥੈਂਕ ਯੂ ਸੋ ਮਚ। ਅੱਛਾ,
ਇੰਨੇ ਕਾਲਜ ਹੋ ਗਏ ਹੈ ਨਾ, ਮੈਂ ਇਹ ਗੱਲ ਦਿਲੋਂ ਕਹਿਣ ਲੱਗਾ ਵੀ ਮੇਰਾ ਵੱਡਾ ਭਰਾ ਕੋਈ ਨਹੀਂ ਹੈਗਾ, ਛੋਟਾ ਭਰਾ ਹੈ। ਜੇ ਵੱਡਾ ਭਰਾ ਹੁੰਦਾ ਸਰ ਤੁਹਾਡੇ ਵਰਗਾ ਹੋਣਾ ਸੀ। ਬਹੁਤ ਖੁਸ਼ੀ ਹੋਈ ਸਰ ਤੁਹਾਡੇ ਨਾਲ ਮਿਲ ਕੇ। ਪਹਿਲੀ ਵਾਰ ਕਿਸੇ ਨੂੰ ਬੰਦਾ ਮਿਲਦਾ ਜੀ, ਉਹੀ ਖੁਸ਼ੀ ਹੁੰਦੀ ਹੈ ਮੈਨੂੰ ਸਰ ਨਾਲ ਮਿਲ ਕੇ, ਬਹੁਤ ਖੁਸ਼ੀ ਹੋਈ। ਮੈਡਮਾਂ ਦੇ ਨਾਲ ਹੁਣ ਗੱਲਬਾਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ ਰਿਸ਼ੂ ਮੈਮ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬਸ ਵਧੀਆ। ਆ ਫੜੋ ਜੀ, ਬਹੁਤ ਛਾਪਾਂ ਛੱਲੇ ਪਾਏ ਹੋਏ ਨੇ ਜੀ। ਹੈਂਜੀ, ਇਹ ਵੀ ਸ਼ੌਂਕ ਹੁੰਦਾ ਜੀ। ਅਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ? ਨਵਾਂਸ਼ਹਿਰ। ਨਵਾਂਸ਼ਹਿਰ ਤੋਂ? ਕਿਹੜਾ ਸਬਜੈਕਟ ਹੈ ਤੁਹਾਡਾ? ਕੈਮਿਸਟਰੀ। ਹੈਂਜੀ, ਕੈਮਿਸਟਰੀ। ਕੈਮਿਸਟਰੀ ਅਤੇ ਜਵਾਕ ਬਹੁਤ ਸ਼ਰਾਰਤੀ ਵੀ ਹੁੰਦੇ ਜੀ ਕਲਾਸ 'ਚ, ਸ਼ਰਾਰਤੀ ਜਵਾਕਾਂ ਨੂੰ ਕਿਵੇਂ ਟੈਕਲ ਕਰਦੇ ਹੋ ਜੀ? ਗੁੱਸੇ ਵੀ ਕਰਦੇ ਹੋ ਕਿ ਉਹਨਾਂ ਨੂੰ ਇਗਨੋਰ ਹੀ ਕਰ ਦਿੰਦੇ ਹੋ? ਇਗਨੋਰ ਕਰ ਦਿੰਦੇ ਹੋ, ਗੁੱਸੇ ਨਹੀਂ ਹੁੰਦੇ? ਓਕੇ ਓਕੇ, ਥੋੜ੍ਹਾ ਸੁਭਾਅ ਵੀ ਮਿੱਠ ਬੋਲੜਾ ਜਿਹਾ ਲੱਗਦਾ ਮੈਨੂੰ। ਅਤੇ ਖੁਸ਼ ਰਹੋ ਜੀ, ਥੋੜ੍ਹੀ ਸ਼ਰਮ ਵੀ ਆਈ ਜਾਂਦੀ ਮੈਡਮ ਨੂੰ, ਪਤਾ ਨਹੀਂ ਕੀ ਚੱਕਰ ਹੈ। ਖੁਸ਼ ਰਹੋ ਜੀ, ਐਂ ਹੀ ਮੁੰਦਰਾਂ ਹੋਰ ਪੈਣ, ਬਾਬਾ ਜੀ ਤਰੱਕੀ ਦੇਣ। ਹੋਰ ਮੈਡਮ ਕਿਹੜੇ? ਹੈਂਜੀ, ਇਹ ਦੂਜੀ ਵਾਰੀ ਦੇਖ ਮੈਡਮ, ਡੇਜ਼ੀ ਮੈਮ। ਆਪਣੀ ਵਾਰੀ ਇਹਨੇ ਲੱਗਿਆ ਵੀ ਹੁਣ ਮੁੱਕ ਗਿਆ ਮੇਲਾ। ਨਹੀਂ ਨਹੀਂ ਨਹੀਂ, ਮੈਂ ਫਿਰ ਆਊਂ ਤੁਹਾਡੇ ਕੋਲ। ਹਾਂ ਹਾਂ, ਡੇਜ਼ੀ ਮੈਮ ਕਿਹੜੇ ਨੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਸ ਉਹ ਟਾਪਸ ਸੂਟ ਦੇ ਰੰਗ ਦੇ ਪਾਏ ਹੋਏ ਨੇ, ਨੀ ਇਹ ਤੁਹਾਡੇ ਹੀ ਪੜਾਏ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਜੀ? ਡੇਜ਼ੀ ਸ਼ੇਰਗਿੱਲ। ਫੜੋ ਜੀ ਫੋਨ। ਡੇਜ਼ੀ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ? ਨਵਾਂਸ਼ਹਿਰ ਤੋਂ। ਨਵਾਂਸ਼ਹਿਰ ਤੋਂ ਜੀ, ਕੀ ਸ਼ੌਂਕ ਨੇ ਜੀ? ਡਰਾਈਵਿੰਗ, ਟਰੈਵਲਿੰਗ, ਮੂਵੀਜ਼ ਦੇਖਣਾ। ਡਰਾਈਵਿੰਗ, ਟਰੈਵਲਿੰਗ ਤੇ ਮੂਵੀਜ਼ ਦੇਖਣਾ, ਨਾ ਉਹ ਚੀਜ਼ ਕਹੀ ਜਿਹੜੀ ਇੱਥੇ ਨਾ ਹੋ ਸਕੇ। ਤੇ ਠੀਕ, ਕਦੋਂ ਪੜਾਉਣ ਲੱਗ ਗਏ ਜੀ? 5 ਇਅਰਸ ਹੋ ਗਏ। 5 ਸਾਲ ਹੋ ਗਏ ਜੀ। ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਬਹੁਤ ਅੱਛਾ। ਕਾਲਜ ਕਿੱਦਾਂ ਦਾ ਲੱਗਿਆ ਜੀ? ਟੀਚਰਸ ਕਾਫੀ ਅੱਛੇ ਆ, ਫਰੈਂਡਸ ਆ ਜਿਹੜੇ ਬਣੇ ਹੋਏ ਕਾਫੀ ਅੱਛੇ ਆ। ਹਾਂਜੀ, ਔਰ ਬੱਚੇ ਵੀ ਅੱਛੇ ਮਿਲਦੇ ਆ। ਸਾਰਾ ਸਟਾਫ ਹੀ ਖੜਾ ਜੀ ਹੈ ਨਾ ਜੀ? ਤੁਸੀਂ ਸਾਰਿਆਂ ਬਾਰੇ ਇੱਕ ਇੱਕ ਵਧੀਆ ਗੱਲ ਕਰਨੀ ਹੈ ਤੇ ਇੱਕ ਇੱਕ ਇਹਨਾਂ ਦੀ ਵੀਕਨੈਸ ਦੱਸਣੀ, ਤੁਸੀਂ ਦੱਸੋਗੇ ਜੀ? ਅੱਛਾ, ਹੱਸੋ ਨਾ ਫਿਰ। ਹਾਂ, ਬਸ ਐਂ ਖੜੇ ਰਹੋ ਬਸ। ਹਾਂ, ਦੂਜੇ ਦੇ ਵਾਰੀ ਬਹੁਤ ਹੱਸਦੇ ਹੋ, ਬਸ ਐਂ ਖੜੇ ਰਹੋ ਵੀ ਹਾਂ ਠੀਕ ਹੈ। ਇਹਨਾਂ ਦੀ ਖਾਸੀਅਤ ਜੀ, ਇਹਨਾਂ ਦੀ ਖਾਸੀਅਤ ਇੰਟੈਲੀਜੈਂਟ ਆ ਮੈਮ, ਕਾਫੀ ਇੰਟੈਲੀਜੈਂਟ ਆ। ਹਾਂਜੀ, ਇੰਟੈਲੀਜੈਂਟ ਆ, ਬਸ ਠੀਕ ਹੈ ਠੀਕ ਹੈ। ਇਹਨੇ ਹੋ ਗਈ ਮੈਥ ਸਾਰੇ। ਹਾਂਜੀ, ਤੇ ਇੱਕ ਵੀਕਨੈਸ ਇਹਨਾਂ ਦੀ? ਨਹੀਂ, ਵੀਕਨੈਸ ਕੋਈ ਨਹੀਂ ਆ। ਚਲੋ ਇੱਕ ਮਾਫ ਕਰਤਾ। ਇਹਨਾਂ ਦਾ ਪਲੱਸ ਪੁਆਇੰਟ ਇਹ ਵਾਲੇ ਮੈਮ ਤਾਂ ਮੇਰੀ ਗਲੀ ਦੇ ਹੀ ਆ, ਕਾਫੀ ਕੋਆਪਰੇਟਿਵ ਆ। ਇਹ ਤਾਂ ਮੇਰੀ ਗਲੀ ਨਹੀਂ, ਬਸ ਵੀ ਆਪਾਂ ਪੁੱਛਦੇ ਰਹਿੰਦੇ ਵੀ ਅੱਜ ਟੈਂ ਕਿਹੜਾ ਸੂਟ ਪਾਉਣਾ, ਟੈਂ ਕਿਹੜਾ ਪਾਉਣਾ, ਕਾਫੀ ਕੋਆਪਰੇਟਿਵ ਨੇ। ਹਾਂਜੀ, ਜਦੋਂ ਮੰਗੋ ਸੂਟ ਨਾਲ ਹੀ ਦੇ ਦਿੰਦੇ ਨੇ। ਨਹੀਂ, ਮੇਰੇ ਕੋਲ ਆਪਣੇ। ਹੋਰ ਕਈ ਵਾਰ ਖੱਟਾ ਖੁੱਟਾ ਲਾਉਣ ਨੂੰ ਗਏ, ਚਾਹੀਦਾ ਹੁੰਦਾ ਦਹੀਂ ਨੂੰ ਲਾਉਣ, ਖੱਟਾ ਖੱਟਾ ਹੈ ਭੈਣੇ। ਅੱਛਾ, ਇਹਨਾਂ ਦਾ ਵੀਕਨੈਸ ਜੀ? ਇਮੋਸ਼ਨਲ ਆ ਥੋੜ੍ਹੇ। ਇਮੋਸ਼ਨਲ ਨੇ? ਓਕੇ 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 ਓਕੇ, ਫਿਰ ਨਾ ਲੈ ਕੇ ਜਾਇਆ ਕਰੋ ਨਾ ਸੂਟ। ਚਲੋ ਠੀਕ ਹੈ ਜੀ, ਇਮੋਸ਼ਨਲ ਨੇ। ਆਹ ਮੈਡਮ, ਤੁਸੀਂ ਨੰਗਲ ਤੋਂ ਜੀ? ਮੈਨੂੰ ਨੰਗਲ ਕਿੱਥੇ ਰਹਿੰਦੇ ਹੋ ਜੀ? ਮੈਨੂੰ ਪਤਾ ਲੱਗਿਆ ਇੰਦਰਾਨਗਰ। ਸੇਮ ਟਾਊਨ ਮੈਂ ਪੜ੍ਹਿਆ ਜੀ ਨੰਗਲ। ਕਿਹੜੇ ਸਕੂਲ? ਮੈਂ ਜੀ ਸਕੂਲ ਬਹੁਤ ਬਦਲਿਆ ਜੀ। ਸੁਣੋ, ਨਰਸਰੀ ਕੀਤੀ ਦਿਆਨੰਦ ਹੈਗਾ ਨੀ? ਮੈਂ ਦਿਆਨੰਦ ਪੜ੍ਹੀ ਆ। ਅੱਛਾ ਜੀ, ਬਸ ਮੈਂ ਨਰਸਰੀ ਵੀ ਕੀਤੀ, ਫਿਰ ਕੱਢਤਾ ਉਹਨਾਂ ਨੇ। ਉਹਨਾਂ ਨੇ ਨਰਸਰੀ ਦੀ ਹਿਸਾਬ ਲਾ ਲਿਆ ਸੀ ਵੀ ਚਲੋ ਸ਼ਾਬਾਸ਼। ਫਿਰ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਜੀ ਆਪਣਾ ਅਮੋਲ ਕਰ ਲਿਆ। ਅੱਛਾ, ਨੌਵੀਂ ਕੀਤੀ ਜੀ ਬੀਬੀਐਮਬੀ ਡੀਏਵੀ। ਡੀਏਵੀ ਨੀ, ਹਾਂ ਡੀਏਵੀ। ਉਹਨਾਂ ਨੇ ਕਿਵੇਂ ਰੱਖ ਲਿਆ? ਉਹਨਾਂ ਨੇ ਪਤਾ ਕਿਉਂ ਰੱਖਿਆ ਜੀ? ਅੱਠਵੀਂ 'ਚ ਨੰਬਰ ਸੀਗੇ ਵਧੀਆ, ਤੇ ਨੌਵੀਂ 'ਚ ਰੱਖ ਲਿਆ। ਨੌਵੀਂ 'ਚ ਪਾਇਆ ਜੀ ਭੰਗੜਾ, ਭੰਗੜਾ ਐਸਾ ਪਾਇਆ ਵੀ ਬਸ ਫਿਰ ਪੇਪਰ 'ਚ ਭੰਗੜੇ ਪਾਉਂਦੇ ਰਹਿ ਗਏ ਜੀ, ਫਿਰ ਨੰਬਰ ਨਹੀਂ ਆਇਆ ਜੀ। ਉਹ ਕਹਿੰਦੇ ਜਾਓ। ਫਿਰ 10ਵੀਂ 11ਵੀਂ ਤੇ 12ਵੀਂ ਕੀਤੀ ਜੀ ਫਰਟੀਲਾਈਜ਼ਰ ਉੱਧਰ। ਨਿਆ ਨੰਗਲ ਹੀ ਘੁੰਮਦੇ ਰਹੇ ਹੋ ਤੁਸੀਂ? ਨਾ ਨਾ, ਇੱਕ ਸਾਲ ਆਇਆ ਜੀ ਨੰਗਲ ਵੀ, ਡੀਏਵੀ ਆਇਆ ਨੰਗਲ। ਹਾਂਜੀ, ਤੇ ਬਾਕੀ ਐਂ ਵੀ ਹੁਣ ਜਿਵੇਂ ਹੁਣ ਟੀਵੀ 'ਤੇ ਆਉਣ ਲੱਗ ਗਏ MHONE ਹੈ ਨਾ, ਵਧੀਆ ਕਰਤਾ ਕੰਮ। ਹੁਣ ਸਾਰੇ ਸਕੂਲਾਂ ਵਾਲੇ ਕਹਿੰਦੇ ਅਸੀਂ ਪੜ੍ਹਾਇਆ ਅਸੀਂ ਪੜ੍ਹਾਇਆ, ਜਿਹੜੇ ਉਦੋਂ ਕਹਿੰਦੇ ਸੀ ਨਾ ਵੀ ਇਹਦਾ ਕੱਖ ਨਹੀਂ ਬਣਨਾ, ਹੁਣ ਉਹੀ ਮਾਸਟਰ ਕਹਿੰਦੇ ਆ ਸਾਨੂੰ ਪਤਾ ਸੀ ਇਹ ਕੁਛ ਕਰੇਗਾ। ਸੁਣਦੇ ਹੋਣਗੇ, ਦੇਖਦੇ ਹੋਣਗੇ। ਸੋ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀ ਹੈ, ਜਿਹੜੇ ਉਦੋਂ ਕਹਿੰਦੇ ਸੀ ਨਾ ਇਹ ਯਾਰ ਇਹ ਨਾ ਇਹ ਨਲਾਇਕ ਜਿਹਾ ਅਤੇ ਇਹਨੂੰ ਰਹਿਣ ਦਈਏ, ਹੈ ਨਾ। ਹੁਣ ਪਤਾ ਕੀ ਕਹਿੰਦੇ ਆ ਇਹ ਬੱਚੇ ਨੂੰ ਨਾ, ਮੈਂ ਆਈ ਥਿੰਕ ਫੋਰਥ ਦੇ ਵਿੱਚ ਮਿਲਿਆ ਸੀ, ਸਾਰੇ ਐਂ ਕਹਿੰਦੇ ਆ, ਮੈਂ ਉਦੋਂ ਹੀ ਇਹਦੀ ਅੱਖ ਪਛਾਣ ਗਿਆ ਸੀ ਕਿ ਇਹ ਕਲਾਕਾਰ ਬਣੇਗਾ। ਚਲੋ ਮੈਂ ਸਰ ਦਾ ਕਿਸੇ ਦਾ ਨਾਂ ਨਹੀਂ ਲੈਣਾ, ਸਾਰੇ ਰਿਸਪੈਕਟ ਦੁਆਵਾਂ ਸਾਰਿਆਂ ਦੀ ਹੁੰਦੀਆਂ ਜੀ, ਬੰਦਾ ਭਾਵੇਂ ਪੜ੍ਹੇ ਭਾਵੇਂ ਨਾ ਪੜ੍ਹੇ। ਅੱਛਾ, ਸਰ ਦਾ ਪਲੱਸ ਪੁਆਇੰਟ ਸਰ ਐਂ ਦੇਖ ਰਿਹਾ ਵੀ ਵਧੀਆ ਹੀ ਬੋਲੀ। ਚਲੋ ਵਧੀਆ ਲੱਗੇ ਸਾਰਿਆਂ ਨਾਲ ਗੱਲਬਾਤ ਕਰਕੇ, ਸਾਰੀ ਫੈਕਲਟੀ ਨਾਲ ਗੱਲਬਾਤ ਕਰਕੇ, ਤੁਹਾਡਾ ਸਾਰਿਆਂ ਨਾਲ ਬਹੁਤ ਮਜ਼ਾ ਆਇਆ ਜੀ। ਲਓ ਜੀ, ਹੁਣ ਅਸੀਂ ਜਾਵਾਂਗੇ ਸ਼ੋਅ ਨੂੰ ਖਤਮ ਕਰਾਂਗੇ, ਪਰ ਸ਼ੋਅ ਖਤਮ ਹੋਣ ਤੋਂ ਪਹਿਲਾਂ ਮੁੰਡਿਆਂ ਦਾ ਭੰਗੜਾ। ਆ ਜਾਓ ਜੀ, ਚਲੋ ਜੀ, ਬਹੁਤ ਵਧੀਆ ਲੱਗਿਆ ਜੀ ਕਾਲਜ ਵਿੱਚ ਆ ਕੇ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੰਟੀਨੀ ਮੰਡੀਰ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਬਾਏ ਬਾਏ ਜੀ।
ਸ੍ਰੀਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮੱਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।